ਵੇ ਸਾਡੇ ਕੋਲ ਫਰੂਟ ਚਾਟ, ਉਸ ਤੋਂ ਬਾਅਦ ਜੀ ਹੈ ਸਾਡੇ ਕੋਲ ਚਾਵਲ। ਅਸਲਾਮ ਵਾਲੇਕਮ, ਆਈ ਬੈਕ ਟੂ ਵਿਦਰਾਂਡ ਵਲੌਗ। ਤੇ ਯਾਰ ਅੱਜ ਮੈਂ ਨਵਾਂ ਤੇ ਮਜ਼ੇਦਾਰ ਜਿਹਾ ਵਲੌਗ ਸਟਾਰਟ ਕਰੇ ਨੇ ਆ, ਤੇ ਉਮੀਦ ਹੈ ਮੈਂ ਇਹ ਵਲੌਗ ਤੋਂ ਸਕੋ ਆਈ ਹੋਪਿਨ ਬਹੁਤ ਅੱਛਾ ਲੱਗਸੀ। ਤੇ ਯਾਰ ਅੱਜ ਹੈ ਵੇ ਰਮਜ਼ਾਨ ਤੀਸਰਾ ਰੋਜ਼ਾ, ਠੀਕ ਹੈ, ਮਾਹ ਰਮਜ਼ਾਨ ਸਪੈਸ਼ਲ, ਔਰ ਯਹ ਹੈ ਸਪੈਸ਼ਲ ਰਮਜ਼ਾਨ, ਠੀਕ ਹੈ। ਇਸ ਪਰ ਅੱਲਾਹ ਪਾਕ ਕੀ ਇਬਾਦਤ ਕਰਤਾ ਹੂੰ ਮੈਂ, ਔਰ ਜੋ ਹੈ ਨਾ ਤੁਸੀਂ ਪੁੱਛਣੇ ਪਿਆ ਰੋਜ਼ੇ ਸ਼ੋਜ਼ੇ ਭਾਈ ਰੱਖੇ ਨਾ ਕਿਉਂ ਨਾ ਨਾ, ਤੇ ਇਸ ਵਜ੍ਹਾ ਤੋਂ ਨਾ ਰੱਖਿਆ ਨਾ ਕਿਉਂਕਿ ਮੈਂ ਮਥਲੇ ਸਿਮਿਆਂ ਨਾ ਮਰੀਜ਼, ਅਤੇ ਮੈਂ ਕੁੱਥੀ ਵੈਨੀ ਬਲੱਡ ਦੀ ਕਮੀ। ਇਸ ਤੋਂ ਇੱਕ ਰੋਜ਼ਾ ਰੱਖਾ, ਉਸ ਤੋਂ ਬਾਅਦ ਇੱਕੂ ਤੁਸੀਂ ਪਤਾ ਬੁਖਾਰ ਹੋ ਗਿਆ, ਅਤੇ ਬੁਖਾਰ ਹੋਵੇ ਨਾ ਮਤ ਯਾਰ ਤੋਂ ਬਾਅਦ ਰੋਜ਼ਾ ਨਹੀਂ ਨਾ ਰੱਖੀ ਨਾ ਬਿਮਾਰ ਬੰਦੇ ਕੋ। ਅਤੇ ਔਰ ਅੱਲਾਹ ਪਾਕ ਨਾ ਸ਼ੁਕਰ ਹੈ ਕਮੀ ਸ਼ਮੀ ਕੋ ਨਹੀਂ, ਰੋਜ਼ਾ ਸ਼ੋਜ਼ਾ ਰੱਖੇ ਨੇ ਨਾ, ਅਤੇ ਅੱਲਾਹ ਪਾਕ ਨੇ ਇਬਾਦਤ ਕਰੇ ਨਾ, ਕੁਰਾਨ ਪੜ੍ਹਨ ਹੋਣਾ, ਨਮਾਜ਼ ਪੜ੍ਹਨ ਹੋਣਾ, ਔਰ ਜਿਹੜੇ ਕੰਮ ਚੀਨੇ ਨੇ ਉਹ ਮੈਂ ਕਰਨ ਹੋਣਾ। ਅਤੇ ਹੁਣ ਵੇਨੇ ਕੋਈ ਆਪਣੇ ਅਵਤਾਰੀ ਨਹੀਂ, ਕੋਈ ਥੋੜ੍ਹੀ ਬਹੁਤ ਚੀਜ਼ਾਂ ਲੈਣੇ ਆ, ਜਿਹੜੀ ਚਾਰ ਪੰਜ ਚੀਜ਼ਾਂ ਸਾਂ ਉਹ ਤੁਸੀਂ ਕੋ ਮੈਂ ਵੇਖਿਆ ਸਾਂ, ਜਿਹੜੇ ਇੱਕ ਇੱਕ ਸ਼ਾਇਦ ਵੇਖਿਆ ਸਾਂ ਵੀ ਮੈਂ ਕਿਹੜੀ ਸ਼ਾਇਦ ਆਉਂਦੀ ਕਿਹੜੀ ਸ਼ਾਇਦ ਨਹੀਂ ਆਉਂਦੀ। ਉਸ ਤੋਂ ਬਾਅਦ ਤੁਸਾਂ ਮੈਂ ਕੋ ਦੱਸਣਾ ਵੀ ਕਿਹੋ ਜਿਹੀ ਮੰਡੀ ਸੈਟਿੰਗ ਹੁੰਦੀ ਹੈ ਅਵਤਾਰੀ ਨਹੀਂ। ਵੈਲਕਮ ਬੈਕ ਟੂ ਯੂਅਰ, ਅਤੇ ਯਾਰ ਪਹੁੰਚਾਇਆ ਮਸਜਿਦ ਵਿੱਚ, ਠੀਕ ਹੈ, ਨਾਲ ਆਪਣਾ ਦੋਸਤ ਹੈ ਚਾਚੂ ਵਾਲਾ ਪੁੱਤਰ, ਠੀਕ ਹੈ, ਥੋੜ੍ਹਾ ਜਿਹਾ ਸ਼ਰਮਾਨਾ ਹੈ ਬਹੁ, ਅਤੇ ਮਸੀਤੀ ਵਿੱਚ ਪਹੁੰਚਾਇਆ ਆਉਣੇ ਸੀ ਨਮਾਜ਼ ਸ਼ਾਜ਼ ਪੜ੍ਹਨੇ ਆ, ਕਦੇ ਕੋਈ ਬੰਦੇ ਨਾ ਹੋਏ ਤਾਂ ਉਹ ਵੀ ਰਿਵਿਊ ਤੁਸੀਂ ਕੋ ਵਿਖਾ ਦੇ ਸਾਨੂੰ ਇਹਦਾ ਬਾਅਦ ਨਮਾਜ਼ ਸ਼ਾਜ਼ ਪੜ੍ਹ ਕੇ ਵੱਤ ਵਹਿੰਦੇ ਆਪਣੀ ਜਿਹੜੇ ਅਫਤਾਰੀ ਨਹੀਂ ਨਾ ਉਹ ਚੀਜ਼ ਆ ਖਿਲਣ ਵੱਤ ਵਹਿੰਦੇ ਆ। ਵੈਲਕਮ ਬੈਕ ਟੂ ਵਿਊਅਰ, ਅਤੇ ਯਾਰ ਮਸੀਤੀ ਵਿੱਚ ਪਹੁੰਚਿਆ, ਠੀਕ ਹੈ, ਟਾਈਮ ਠੀਕ ਪੈ 4:44, ਠੀਕ ਹੈ, ਅਤੇ ਨਮਾਜ਼ ਮੇਰੇ ਖਿਆਲ ਵਿੱਚ 5 ਵਜੇ ਜਮਾਤ ਹੋਸੀ, ਅਤੇ ਧਿਆਨ ਥੋੜ੍ਹੇ ਇੰਤਜ਼ਾਰ ਕਰੇ ਨੇ, ਅਤੇ ਵੱਤ ਨਮਾਜ਼ ਨਾਲ ਕੰਮ ਕਰੇ ਨੇ, ਵੱਤ ਨਮਾਜ਼ ਪੜ੍ਹ ਕੇ ਵੱਤ ਵਜੇ ਨਾ ਬਾਜ਼ਾਰ ਦੇ ਵਿੱਚ। ਨਮਾਜ਼ ਪੜ੍ਹ ਕੇ ਪਹੁੰਚਾਏ, ਠੀਕ ਹੈ, ਥੋੜ੍ਹਾ ਬਹੁਤ ਫਰੂਟ ਚਾਹ ਕੀਤਾ ਨਾਲ, ਠੀਕ ਹੈ, ਅਤੇ ਚਾਚੂ ਵਾਲਾ ਪੁੱਤਰ ਜਿਹੜਾ ਹੈ ਨਾ ਉਹ ਨਾਲ ਹੀ ਹੈ, 3 ਰੁਪਏ ਜਿਹੜੇ ਹਨ ਉਹ ਵਾਪਸ ਕਰਨੇ ਹੁੰਦੇ ਨੇ। ਵਹਿੰਦੇ ਹਾਂ ਘਰ, ਉਸ ਤੋਂ ਬਾਅਦ ਉਸ ਕੋ ਮਿਲਣੇ ਆ, ਅਤੇ ਮੇਰੇ ਬੱਚੇ ਵਿੱਚ ਆ ਗਏ ਯਾਰ, ਮੇਵਾ ਭੁੱਲ ਗਿਆ ਤਾਂ ਮੇਵਾ ਲੈ ਕੇ, ਅਸਲਾਮ ਵਾਲੇਕੁਮ, ਕਿੱਥੇ ਵੇ, ਠੀਕ ਹੈ, ਮੇਵਾ ਦੇ ਜੀ ਚੀਜ਼ ਬਜੜਾ ਤੇ। ਤੇ ਰਮਜ਼ਾਨ ਕਿਹੋ ਲੱਗਣਾ ਪਿਆ ਜੀ? ਅੱਛਾ ਲੱਗਣਾ ਪਿਆ, ਬਸ ਅੱਲਾਹ ਪਾਕ ਨੇ ਯਾਰ ਲੱਖ ਲੱਖ ਸ਼ੁਕਰ ਹੈ, ਅੱਲਾਹ ਪਾਕ ਤੁਸੀਂ ਕੋ ਭੇਜ ਇਸ ਤਰ੍ਹਾਂ ਦੇਵੇ। ਯਾਰ ਭਾਈ ਹੋਰ ਕੋ ਪਹੁੰਚਾਏ, ਠੀਕ ਹੈ, ਅਤੇ ਬੂੰਦੀ ਗਿਣੇ ਪਿਆ, ਬੂੰਦੀ ਗਿਣਿਆ, ਅਤੇ ਇਹਨਾਂ ਤੋਂ ਥੋੜ੍ਹਾ ਪੁੱਛਣਾ ਜੀ, ਅੱਜ ਜੀ ਰਮਜ਼ਾਨ ਤੁਹਾਡਾ ਕਿਆ ਜਾ ਵੈਂਦਾ ਪਿਆ ਤੁਹਾਡਾ ਰੋਜ਼ੇ? ਚਲੋ ਜੀ ਆਪਣੇ ਚੈਨਲ ਪਿਆ ਪੜਨੇ ਪੈਣ ਸਾਡੇ ਸੋਹਣੇ ਸੋਹਣੇ ਪਕੌੜੇ, ਤੀ ਪੜਨੇ ਪੈਣ ਸਾਡੇ ਚਾਵਲ, ਜਾਣ ਫਰੂਟ ਚਾਟ ਬੜੇ ਨੇ ਆ, ਫਰੂਟ ਚਾਟ ਬੜੇ ਨੇ ਆ, ਵੱਧ ਦਸਤਖਾਨ ਤੇ ਸਜਿਆ ਸਾ ਵਾ, ਤੁਸਾਂ ਕੋ ਸਾਰਾ ਕੋਈ ਮਾਹੌਲ ਵਿਖਿਆ ਸਾ। ਇਹ ਜੀ ਆ ਚੈੱਕ ਕਰੋ ਜੀ, ਤੁਸਾਂ ਨੇ ਬਰਾਊ ਜਿਹੜੇ ਆਵੇ ਨਾ ਫਰੂਟ ਚਾਟ ਬੜਾਈ ਕਿਹੋ ਜਿਹੀ ਲੱਗੀ ਹੈ, ਜਾਣ ਜਿਸ ਲੱਗ ਗਏ ਸੀ ਉਸ ਟਾਈਮ ਤੁਸਾਂ ਕੋ ਵਿਖਿਆ ਸਾ। ਵੈਲਕਮ ਬੈਕ ਟੂ ਯੂਅਰ, ਤੇਰਾ ਘਰ ਸ਼ਹਿਰ ਆ ਗਿਆ, ਠੀਕ ਹੈ ਨਾ, ਹਰ ਸ਼ੇ ਸ਼ਹਿਰ ਦੇ ਸਾਰੀ ਤਿਆਰ ਥੀ ਗਈ, ਵੇਖ ਸੋ ਵੇਖਣਾ ਚਾਹੁੰਦੇ ਹੋ 1 2 3 You were mine, I was yours, take me.
امید ہے میرا آج نا ویلوگ بہت مزیدار ہو سی تسا بہت اچھا لگو سی جس جس اچھا لگا میرے یوٹیوب چینل نا سبسکرائب کر چھوڑو تے باقی ملسان تسا کو کل اللہ حافظ